ਅਸੀਂ ਮੈਂ ਤਾਂ ਬੜਾ ਆਮ ਜੇ ਘਰ ਤੋਂ ਹਾਂ ਬਾਈ ਹੁਣੀ ਜਾਂ ਅਸੀਂ ਸਾਰੇ ਬੜੇ ਮਾਤਰਾ ਘਰਾਂ ਤੋਂ ਉੱਠੇ ਬੰਦੇ ਹਾਂ, ਕੋਈ ਉਹ ਸਾਡੇ 'ਚ ਫੂਮ ਫਾ ਨਹੀਂ ਹੈਗੀ। ਐਂਡ ਜੇ ਗੱਲ ਕਰਦੇ ਹੋ ਤੁਸੀਂ ਵੀ ਸਟਰਗਲ ਦੀ, ਸਾਈਕਲ ਚਲਾਇਆ ਜਾਂ ਰਿਕਸ਼ਾ ਜਾਂ ਬੱਸ, ਜੇ ਉਹਨਾਂ ਚੀਜ਼ਾਂ 'ਤੇ ਸਫ਼ਰ ਕੀਤਾ ਆ ਵੀ ਫਿਲਮ ਦੇ ਆਡੀਸ਼ਨ ਦਿੱਤੇ ਆ ਜਾਂ ਥੀਏਟਰ ਜੁਆਇਨ ਕੀਤਾ ਆ ਜਾਂ ਜੋ ਵੀ, ਉਹ ਸਾਡਾ ਆਪ ਦਾ ਪੈਸ਼ਨ ਸੀਗਾ। ਉਹਦੇ ਲਈ ਮੈਂ ਅੱਜ ਆਡੀਅੰਸ ਨੂੰ ਨਹੀਂ ਜ਼ਿੰਮੇਵਾਰ ਠਹਿਰਾ ਸਕਦਾ ਵੀ ਤੁਹਾਨੂੰ ਖੁਸ਼ ਕਰਨ ਲਈ ਅਸੀਂ ਆਹ ਕੁਛ ਕੀਤਾ ਜੀ, ਨਹੀਂ ਨਹੀਂ ਨਹੀਂ, ਉਹ ਜ਼ਿੰਦਗੀ ਦਾ ਹਿੱਸਾ ਸੀਗਾ, ਖੱਟੀਆਂ ਮਿੱਟੀਆਂ ਜ਼ਿਆਦਾ ਸੀਗੀਆਂ। ਸੋ ਉਹਨੂੰ ਮੈਂ ਅਤੇ ਇਹ ਮੰਨਦਾ ਵੀ ਇੱਦਾਂ ਦੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਹੋਣੀਆਂ ਚਾਹੀਦੀਆਂ। ਮੈਂ ਤਾਂ ਰਾਈਟਰ ਬਣਦਾ, ਮੈਨੂੰ ਲੱਗਦਾ ਵੀ ਜਿਹੜਾ ਸਫ਼ਰ ਆ ਉਹ ਮੁੱਕਣਾ ਨਹੀਂ ਚਾਹੀਦਾ। ਜੇ ਤੁਹਾਡਾ ਸਫ਼ਰ ਮੁੱਕ ਗਿਆ ਨਾ, ਤੇ ਹੋ ਸਕਦਾ ਮੰਜ਼ਿਲ ਤੇ ਜਾ ਕੇ ਉਹ ਸਵਾਦ ਨਾ ਆਵੇ ਜਿਹੜਾ ਸਫ਼ਰ 'ਚ ਆ ਰਿਹਾ। ਸਤਿ ਸ਼੍ਰੀ ਅਕਾਲ ਜੀ, ਫੇਮਸ ਪੰਜਾਬ ਟੀਵੀ ਨੂੰ ਤੁਸੀਂ ਵੇਖ ਰਹੇ ਹੋ ਜੀ, ਔਰ ਮੈਂ ਹਾਂ ਸੁਹੇਲ ਖਾਨ। ਦੋਸਤੋ, ਅੱਜ ਅਸੀਂ ਕੁਲਚੇ ਛੋਲੇ ਫਿਲਮ ਬਾਰੇ ਗੱਲਬਾਤ ਕਰਨ ਵਾਲੇ ਹਾਂ ਜੀ, ਔਰ ਦੀਦਾਰ ਬਾਈ ਸਾਡੇ ਨਾਲ ਮੌਜੂਦ ਨੇ, ਔਰ ਇਸ ਫਿਲਮ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ ਬਾਈ ਮੌਜੂਦ ਨੇ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੋ ਜਾਣਾਂਗੇ ਫਿਲਮ ਦੇ ਵਿੱਚ ਕੀ ਕੁਛ ਹੋਇਆ ਸੈੱਟ ਦੇ ਦੌਰਾਨ, ਔਰ ਫਿਲਮ ਕਿਵੇਂ ਦੀ ਬਣੀ ਆ, ਔਰ ਗੱਲਾਂ ਬਾਤਾਂ ਕਰਦੇ ਹਾਂ। ਸੋ ਬਾਈ ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਨੇ ਜੀ? ਕੀ ਹਾਲ? ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ ਵੀਰੇ ਜੀ। ਜ਼ਿੰਦਗੀ ਦਾ ਸਫ਼ਰ ਕਿਵੇਂ ਚੱਲ ਰਿਹਾ ਬਾਈ? ਬਹੁਤ ਘੈਂਟ ਕਾਂਡੋ ਫੁੱਲਾਂ ਦੇ ਨਜ਼ਾਰੇ ਵਜੇ ਪਏ। ਰਾਈਟ, ਸੋ ਬਾਈ ਕਿਵੇਂ ਸਫ਼ਰ ਕਿਵੇਂ ਚੱਲ ਰਿਹਾ? ਬਹੁਤ ਘੈਂਟ, ਬਹੁਤ ਘੈਂਟ। ਰਾਈਟ, ਸੋ ਬਾਈ ਮੈਂ ਨਾ ਅਕਸਰ ਜੋ ਲਿਖਦੇ ਨੇ ਉਹਨਾਂ ਨਾਲ ਇਹ ਗੱਲਬਾਤ ਕਰਦਾ ਹੁੰਦਾ ਹਾਂ ਕਿ ਜ਼ਿੰਦਗੀ ਦਾ ਕਿੰਨਾ ਕੁ ਤਜ਼ਰਬਾ ਹਾਸਿਲ ਕਰ ਲਿਆ ਆ ਜੋ ਅਸੀਂ ਤਜ਼ਰਬੇ ਦੇ ਵਿੱਚੋਂ ਫਿਲਮਾਂ ਲੈ ਕੇ ਆਉਣ ਲੱਗ ਪਏ, ਹੈ ਨਾ। ਸੋ ਮੈਂ ਜਾਣਨਾ ਚਾਹੁੰਦਾ ਹਾਂ ਵੀ ਸਿਮਰਨਜੀਤ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਤਜ਼ਰਬੇ ਲਏ ਨੇ, ਔਰ ਕਿਹੜੀ ਕਿਹੜੀ ਚਟਕ ਲੱਗੀ ਹੈ ਕਿ ਯਾਰ ਲਿਖਣਾ ਚਾਹੀਦਾ ਨੇ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ? ਮੈਨੂੰ ਲੱਗਦਾ ਇਹ ਨਾ ਰੱਬ ਵੱਲੋਂ ਹੀ ਹੁੰਦਾ ਵਾ, ਇਹ ਮੋਹਰ ਲੱਗੀ ਹੁੰਦੀ ਹੈ ਤੁਸੀਂ ਬਾਨਾ ਕੀ ਆ, ਔਰ ਉੱਦਾਂ ਦੇ ਤੁਹਾਡੇ ਅੰਦਰ ਉਹਨੇ ਨਾ ਸੁਪਨੇ ਪਰੋ ਦੇਣੇ, ਉੱਦਾਂ ਦੇ ਖਾਬ ਪਰੋ ਦੇਣੇ ਆ, ਅਤੇ ਤੁਹਾਡੇ ਅੰਦਰ ਦੀ ਜਿਹੜੀ ਹਿੰਮਤ ਆ, ਮਤਲਬ ਜਿਹੜੇ ਤੁਹਾਡੀ ਲਗਨ ਆ, ਤੁਹਾਡੇ ਅੰਦਰ ਜਨੂੰਨ ਹੋਏਗਾ, ਉਹ ਸੁਪਨੇ ਵੀ ਉਹੀ ਦਿੰਦਾ ਵਾ, ਪੂਰੇ ਵੀ ਉਹਨੇ ਹੀ ਕਰਨੇ, ਪਰ ਜਨੂੰਨ ਤੁਹਾਡਾ ਆਪਣਾ ਵਾ। ਜੇ ਤੁਹਾਡੇ ਅੰਦਰ ਉਹ ਜਨੂੰਨ ਹੋਏਗਾ ਤਾਂ ਤੁਸੀਂ ਉਸ ਜਗ੍ਹਾ 'ਤੇ ਜ਼ਰੂਰ ਜਾਓਗੇ ਜਿਹਦੇ ਸੁਪਨੇ ਦੇਖੇ। ਰਾਈਟ, ਸੋ ਬਾਈ ਮੈਂ ਨਾ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਚੀਜ਼ ਵੇਖਦਾ ਹੁੰਦਾ ਹਾਂ, ਤੁਸੀਂ ਇਹਦੇ ਬਾਰੇ ਮਾੜਾ ਦੱਸਿਓ, ਮਤਲਬ ਡਿਸਕਸ਼ਨ ਹੀ ਆਈ, ਕਿ ਸਵਾਲ ਨਹੀਂ ਹੈਗਾ ਕੋਈ, ਵੀ ਜਿਵੇਂ ਆਪਾਂ ਕੋਈ ਜਿਵੇਂ ਪੁੱਤ ਜੱਟਾਂ ਦੀ ਫਿਲਮ ਤੁਸੀਂ ਬਣਾਈ ਸੀਗੀ, ਜਾਂ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਰੋਮਾਂਟਿਕ ਫਿਲਮ ਬਣਾਵੇ ਤਾਂ ਲੋਕ ਸਮਝਦੇ ਨੇ ਵੀ ਯਾਰ ਇਹ ਰੋਮਾਂਟਿਕ ਹੀ ਬਣਾ ਸਕਦਾ ਆ, ਸੋ ਹੈ ਨਾ, ਉਹ ਕਹਿੰਦੇ ਨੇ ਵੀ ਹੁਣ ਜਿਵੇਂ ਤੁਸੀਂ ਇਹ ਫਿਲਮ ਲੈ ਕੇ ਆ ਰਹੇ ਹੋ ਆਪਣੇ, ਤਾਂ ਲੋਕਾਂ ਲੱਗਦਾ ਵੀ ਯਾਰ ਸਿਮਰਨਜੀਤ ਤਾਂ ਉਹ ਆ ਜਿਹੜਾ ਪੁੱਤ ਜੱਟਾਂ ਦੇ ਸਿਨੇਮਾ ਬਣਾਉਂਦਾ ਆ। ਸੋ ਮੈਨੂੰ ਬੜਾ ਤਾਜੁਬ ਹੁੰਦਾ ਆ ਕਿ ਯਾਰ ਡਾਇਰੈਕਟਰ ਦਾ ਡਾਇਰੈਕਟਰ ਆ, ਕ੍ਰੀਏਟਿਵ ਆਰਟਿਸਟ ਤਾਂ ਕ੍ਰੀਏਟਿਵ ਆ, ਸੋ ਮੈਨੂੰ ਲੱਗਦਾ ਕਿ ਤੁਹਾਡੇ ਲਈ ਇਹ ਗੱਲ ਔਖੀ ਨਹੀਂ ਹੈਗੀ, ਪਰ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ? ਦੇਖੋ, ਇਹ ਮੈਨੂੰ ਲੱਗਦਾ ਮੈਂ ਸਾਰੀਆਂ ਫਿਲਮਾਂ ਅਲੱਗ ਬਣਾਈਆਂ। ਪਹਿਲੀ ਮੈਂ ਜੱਟ ਬੋਇਜ਼ ਪੁੱਤ ਜੱਟਾਂ ਦੇ ਬਣਾਈ, ਦੂਜੀ ਸਪੋਰਟਸ ਫਿਲਮ ਬਣਾਈ ਸੀ ਗਨ ਐਂਡ ਗੋਲ, ਬਾਅਦ ਦੇ ਵਿੱਚ ਨਾਨਕਾ ਮੇਲ ਫਿਲਮ ਬਣਾਈ ਸੀ, ਰਿਸ਼ਤਿਆਂ ਦੇ ਉੱਤੇ ਗੱਲ ਸੀ, ਇੱਕ ਹੁਣ ਇੱਕ ਬੱਚਿਆਂ ਦੀ ਫਿਲਮ ਆਈ ਹੈ ਸਾਡੀ ਆਪਣਾ ਰੱਬਾ ਰੱਬਾ ਮੀਂਹ ਵਰਸਾ ਇੱਕ OTT ਚੈਨਲ 'ਤੇ, ਅਤੇ ਕੁਲਚੇ ਛੋਲੇ ਇੱਕ ਪ੍ਰੋਪਰ ਰੋਮ ਕੌਮ ਡਰਾਮਾ, ਔਰ ਮਤਲਬ ਆਮ ਬੰਦੇ ਦੀ ਕਹਾਣੀ ਉਹ ਲੈ ਕੇ ਆ ਰਿਹਾ। ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਖਾਣੇ ਖਾਂਦੇ ਹੋ ਤਾਂ ਅਲੱਗ ਅਲੱਗ ਫਿਲਮਾਂ ਵੀ ਹੁੰਦੀਆਂ, ਅਲੱਗ ਅਲੱਗ ਸਟੋਰੀਆਂ ਵੀ ਹੁੰਦੀਆਂ। ਬਾਕੀ ਜੇ ਕੋਈ ਸੋਚਦਾ ਵੀ ਮੈਂ ਐਕਸ਼ਨ ਫਿਲਮਾਂ ਬਣਾਉਂਦਾ, ਹਾਂ ਮੈਂ ਐਕਸ਼ਨ ਬਣਾਉਂਦਾ, ਮੈਂ 2-3 ਐਕਸ਼ਨ ਫਿਲਮਾਂ ਬਣਾਈਆਂ, ਇੱਕ ਹੋਰ ਮੇਰੀ ਐਕਸ਼ਨ ਫਿਲਮ ਆ ਰਹੀ ਹੈ, ਅਤੇ ਉਹ ਮਤਲਬ ਕਹਿ ਸਕਦੇ ਨੇ ਲੋਕ ਮੇਰਾ ਫੋਟੇ ਆ, ਬਟ ਇੱਦਾਂ ਦਾ ਕੁਛ ਨਹੀਂ ਹੈਗਾ ਵੀ ਮੈਂ ਹਰ ਤਰ੍ਹਾਂ ਦੀ ਫਿਲਮ ਨਹੀਂ ਬਣਾ ਸਕਦਾ। ਸੋ ਬਾਈ ਜਿਵੇਂ ਸਾਨੂੰ ਪਤਾ ਲੱਗਿਆ ਕਿ ਇਹ ਆਮ ਲੋਕਾਂ ਦੀ ਕਹਾਣੀ ਆ, ਹੈ ਨਾ ਜੀ, ਸੋ ਆਪਾਂ ਸਾਰੀ ਆਮ ਘਰਾਂ ਦੇ ਵਿੱਚੋਂ ਆਏ ਹੋਏ ਹਾਂ, ਸੋ ਕਿਹੜੀਆਂ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਹੁਣ ਵੀ ਚੇਤੇ ਆਉਂਦੀਆਂ ਨੇ? ਮੈਂ ਬਾਈ ਨਾਲ ਉੱਪਰ ਗੱਲ ਕਰ ਰਿਹਾ ਸੀ, ਜਸਵੰਤ ਬਾਈ ਨਾਲ, ਦਿਲਰਾਜ ਬਾਈ ਨਾਲ, ਵੀ ਆਪਾਂ ਸਾਰੇ ਜਣੇ ਸਾਈਕਲ ਜ਼ਰੂਰ ਚਲਾਇਆ, ਹੈ ਨਾ, ਸਾਈਕਲ ਦੀ ਕਦੇ ਕਦੇ ਚੈਨ ਉੱਤਰ ਜਾਣੀ, ਫਿਰ ਕਿਲੋਮੀਟਰ ਚਲਾਉਣਾ, ਫਿਰ ਚੈਨ ਉੱਤਰ ਜਾਣੀ, ਸੋ ਇੱਦਾਂ ਦੀਆਂ ਚੀਜ਼ਾਂ ਬਾਅਦ 'ਚ ਬਹੁਤ ਖੂਬਸੂਰਤ ਲੱਗਦੀਆਂ ਨੇ, ਤੁਹਾਡੇ ਨਾਲ ਇੱਦਾਂ ਦਾ ਕੁਛ ਹੋਇਆ ਜੀ? ਵੀਰੇ, ਫਿਲਮ 'ਚ ਤਾਂ ਰਿਕਸ਼ਾ ਚਲਾਇਆ ਹੀ, ਔਰ ਆਮ ਜ਼ਿੰਦਗੀ 'ਚ ਇਹ ਜੀ ਚੀਜ਼ਾਂ, ਆਮ ਜ਼ਿੰਦਗੀ 'ਚ ਪੁੱਛ ਰਹੇ ਕਿ ਫਿਲਮ 'ਚ ਪੁੱਛ ਰਹੇ? ਆਮ ਜ਼ਿੰਦਗੀ 'ਚ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਹਰੇਕ ਦੀ ਜ਼ਿੰਦਗੀ 'ਚ ਹੁੰਦੀਆਂ, ਵੀ ਬਹੁਤ ਅਸੀਂ ਮੈਂ ਤਾਂ ਬੜਾ ਆਮ ਜੇ ਘਰ ਤੋਂ ਹਾਂ ਬਾਈ ਹੁਣੀ ਜਾਂ ਅਸੀਂ ਸਾਰੇ ਬੜੇ ਮਾਤਰਾ ਘਰਾਂ ਤੋਂ ਉੱਠੇ ਬੰਦੇ ਹਾਂ, ਕੋਈ ਉਹ ਸਾਡੇ 'ਚ ਫੂਮ ਫਾ ਨਹੀਂ ਹੈਗੀ। ਐਂਡ ਜੇ ਗੱਲ ਕਰਦੇ ਹੋ ਤੁਸੀਂ ਵੀ ਸਟਰਗਲ ਦੀ, ਸਾਈਕਲ ਚਲਾਇਆ ਜਾਂ ਰਿਕਸ਼ਾ ਜਾਂ ਬੱਸ, ਜੇ ਉਹਨਾਂ ਚੀਜ਼ਾਂ 'ਤੇ ਸਫ਼ਰ ਕੀਤਾ ਆ ਵੀ ਫਿਲਮ ਦੇ ਆਡੀਸ਼ਨ ਦਿੱਤੇ ਆ ਜਾਂ ਥੀਏਟਰ ਜੁਆਇਨ ਕੀਤਾ ਆ ਜਾਂ ਜੋ ਵੀ, ਉਹ ਸਾਡਾ ਆਪ ਦਾ ਪੈਸ਼ਨ ਸੀਗਾ। ਉਹਦੇ ਲਈ ਮੈਂ ਅੱਜ ਆਡੀਅੰਸ ਨੂੰ ਨਹੀਂ ਜ਼ਿੰਮੇਵਾਰ ਠਹਿਰਾ ਸਕਦਾ ਵੀ ਤੁਹਾਨੂੰ ਖੁਸ਼ ਕਰਨ ਲਈ ਅਸੀਂ ਆਹ ਕੁਛ ਕੀਤਾ ਜੀ, ਨਹੀਂ ਨਹੀਂ ਨਹੀਂ, ਉਹ ਜ਼ਿੰਦਗੀ ਦਾ ਹਿੱਸਾ ਸੀਗਾ, ਖੱਟੀਆਂ ਮਿੱਟੀਆਂ ਜ਼ਿਆਦਾ ਸੀਗੀਆਂ। ਸੋ ਉਹਨੂੰ ਮੈਂ ਅਤੇ ਇਹ ਮੰਨਦਾ ਵੀ ਇੱਦਾਂ ਦੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਹੋਣੀਆਂ ਚਾਹੀਦੀਆਂ, ਫਿਰ ਜਦੋਂ ਤੁਸੀਂ ਕਿਸੇ ਮੁਕਾਮ 'ਤੇ ਪਹੁੰਚਦੇ ਆ ਜਾਂ ਜਿੱਥੇ ਤੁਸੀਂ ਪਹੁੰਚਣਾ, ਜਦੋਂ ਰਸਤਾ ਸ਼ੁਰੂ ਹੋ ਜਾਂਦਾ, ਪਹੁੰਚ ਰਹੇ ਹੁੰਦੇ ਆ, ਉਹ ਚੀਜ਼ਾਂ ਅੱਛੀਆਂ ਲੱਗਦੀਆਂ ਤੁਹਾਨੂੰ, ਐਂਡ ਉਹਨਾਂ ਨੂੰ ਕਿਸੇ 'ਤੇ ਨਹੀਂ ਥੋਪਣਾ ਚਾਹੀਦਾ ਵੀ ਅਸੀਂ ਕਿਸੇ ਕਰਕੇ ਇਸ ਤਰ੍ਹਾਂ ਕੀਤਾ, ਜਾਂ ਆਪਾਂ ਕੱਲ੍ਹ ਨੂੰ ਵੀ ਜਦੋਂ ਸਕਸੈਸ ਹੋ ਗਏ ਕਿਸੇ ਨੂੰ ਟਾਰਗੇਟ ਕਰਾਂਗੇ, ਫਲਾਣੇ ਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ, ਜਾਂ ਮੈਂ ਬਾਈ ਬੱਸ 'ਤੇ ਸਫ਼ਰ ਕੀਤਾ ਸੀ,
ਸੋ ਤਾਂ ਕਰਕੇ ਉਹਦੇ ਲਈ ਕੋਈ ਸਪੈਸ਼ਲ ਨਹੀਂ ਗੱਲ ਹੈਗੀ। ਬਾਕੀ ਜਿਹੜੀਆਂ ਜ਼ਿੰਦਗੀ ਦੀਆਂ ਗੱਲਾਂ ਹੁੰਦੀਆਂ ਨਾ, ਦੇਖੋ ਬੰਦਾ ਕਹਿੰਦੇ ਨਾ ਇੱਕ ਲਾਈਨ ਹੈਗੀ, ਬੰਦਾ ਜੰਮਦਾ ਗਰੀਬ ਹੈ ਮਰ ਜਾਏ ਤਾਂ ਉਹਦੀ ਆਪਣੀ ਗਲਤੀ ਹੈ। ਪਰ ਜਿੱਦਾਂ ਹੁਣ ਮੈਨੂੰ, ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਹੁੰਦਾ। ਜੇ ਕਦੇ ਉੱਦਾਂ ਦੀ ਦਿਮਾਗ 'ਚ ਕੋਈ ਲਾਈਨ ਆਉਂਦੀ ਨਾ, ਤਾਂ ਮੈਂ ਆਪਣੇ ਬਚਪਨ 'ਚ ਜ਼ਰੂਰ ਜਾਂਦਾ। ਮੈਨੂੰ ਅੱਜ ਵੀ ਯਾਦ ਹੈ, ਮੈਂ 8 ਮਹੀਨੇ ਰੋਜ਼ ਆਪਣੇ ਘਰ ਕਿਹਾ ਤਾਂ ਮੈਨੂੰ ਸਾਈਕਲ ਲੈ ਦਿਓ। 8 ਮਹੀਨੇ ਇੱਕੋ ਹੀ ਗੱਲ ਕਹੀ ਆ, ਮੈਨੂੰ ਸਾਈਕਲ ਲੈ ਦਿਓ, ਮੈਨੂੰ ਸਾਈਕਲ ਲੈ ਦਿਓ। ਮੈਂ ਖੇਤਾਂ 'ਚ ਜਾਣਾ, ਆਪਣੀ ਮੋਟਰ 'ਤੇ ਜਾਣਾ ਵਾ, ਅਤੇ ਦੂਰ ਬੜੀ ਸੀ, 1.5-2 ਕਿਲੋਮੀਟਰ ਦੂਰ ਸੀ, ਤੁਰ ਕੇ ਜਾਣਾ ਔਖਾ, ਮੈਂ ਸਾਈਕਲ ਲੈ ਦਿਓ। 8 ਮਹੀਨਿਆਂ ਬਾਅਦ ਮੈਨੂੰ ਮਤਲਬ ਕਿਸੇ ਦੋਧੀ ਤੋਂ ਪੁਰਾਣਾ ਸਾਈਕਲ ਲੈ ਕੇ ਦਿੱਤਾ, ਜਿਹੜਾ ਅੱਜ ਵੀ ਮੈਨੂੰ ਯਾਦ ਆ। ਉਹ ਗੱਲ ਮੈਨੂੰ ਅਣਗਿਣਤ ਵਾਰ ਜਦੋਂ ਮੈਂ ਕਿਸੇ ਪਲੇਨ ਦੇ ਵਿੱਚ ਸਫ਼ਰ ਕਰਦਾ ਤਾਂ ਮੈਨੂੰ ਉਹ ਜ਼ਰੂਰ ਯਾਦ ਆਉਂਦਾ ਕਿ ਮੈਂ 8 ਮਹੀਨੇ ਸਾਈਕਲ ਲਈ ਜਦੋਂ ਕਿਹਾ ਸੀ, ਤਾਂ ਉਦੋਂ ਮੈਂ ਮਾਲਕ ਦਾ ਸ਼ੁਕਰ ਕਰਦਾ ਵਾਂ ਕਿ ਸ਼ੁਕਰ ਹੈ ਮਾਲਕਾ ਤੇਰਾ, ਵੀ ਇੱਕ ਟਾਈਮ ਉਹ ਸੀ ਮੈਂ ਸਾਈਕਲ ਲਈ ਵੀ ਮਿੰਨਤਾਂ ਕੀਤੀਆਂ, ਅੱਜ ਮੈਂ ਤੇਰਾ ਸ਼ੁਕਰ ਕਰ ਰਿਹਾ ਕਿ ਤੂੰ ਮੈਨੂੰ ਹਰ ਇੱਕ ਜਿਹੜਾ ਸਫ਼ਰ ਹੈ ਯਾਦ ਤੇ ਕਰਾ। ਕਿਆ ਬਾਤ ਹੈ। ਸੋ ਬਾਈ ਕਹਿੰਦੇ ਹੁੰਦੇ ਆ ਵੀ ਜਿਹੜੀ ਮੰਜ਼ਿਲ ਹੁੰਦੀ ਆ ਨਾ, ਮਤਲਬ ਉਹਦੇ ਨਾਲੋਂ ਵੀ ਸੋਹਣਾ ਹੁੰਦਾ ਆ ਸਫ਼ਰ, ਤੁਹਾਨੂੰ ਵੀ ਇੱਦਾਂ ਹੀ ਲੱਗਦਾ ਜੀ? ਮੈਂ ਤਾਂ ਕਹਿੰਦਾ ਵੀ ਲੋਕ ਕਹਿੰਦੇ ਵੀ ਯਾਰ ਉਹ ਮੰਜ਼ਿਲ ਪਾਉਣੀ ਆ, ਉਹ ਮੰਜ਼ਿਲ ਪਾਉਣੀ ਆ। ਮੈਂ ਤਾਂ ਰਾਈਟਰ ਬਣਦਾ, ਮੈਨੂੰ ਲੱਗਦਾ ਵੀ ਜਿਹੜਾ ਸਫ਼ਰ ਆ ਉਹ ਮੁੱਕਣਾ ਨਹੀਂ ਚਾਹੀਦਾ। ਜੇ ਤੁਹਾਡਾ ਸਫ਼ਰ ਮੁੱਕ ਗਿਆ ਨਾ, ਤਾਂ ਹੋ ਸਕਦਾ ਮੰਜ਼ਿਲ 'ਤੇ ਜਾ ਕੇ ਉਹ ਸਵਾਦ ਨਾ ਆਵੇ ਜਿਹੜਾ ਸਫ਼ਰ 'ਚ ਆ ਰਿਹਾ। ਕਿਆ ਬਾਤ ਹੈ, ਕਿਆ ਬਾਤ ਹੈ ਬਾਈ, ਤੁਸੀਂ ਇੱਦਾਂ ਹੀ ਸਮਝਦੇ ਹੋ? ਹਾਂ ਬਿਲਕੁਲ ਰਾਈਟ ਆ, ਬਿਲਕੁਲ ਸਹੀ ਆਂਸਰ ਆ ਵੀ ਉਹ ਮੁੱਕਣਾ ਨਹੀਂ ਚਾਹੀਦਾ। ਉਹ ਥੋੜ੍ਹਾ ਟਵਿਸਟ ਬਣਿਆ ਰਹਿੰਦਾ ਫਿਰ ਉਹਦੇ ਨਾਲ ਤੁਹਾਨੂੰ, ਜੇ ਉਹ ਖਤਮ ਹੋ ਜਾਵੇ ਫਿਰ ਤਾਂ ਬੰਦੇ ਨੇ ਉੱਥੇ ਹਥਿਆਰ ਛੱਡ ਦੇਣੇ, ਜਿੱਥੇ ਮੈਂ ਜਾਣਾ ਸੀ ਮੈਂ ਪਹੁੰਚ ਗਿਆ, ਬਹਿ ਜੂਗਾ। ਬਹੁਤ ਸਾਰੇ ਲੋਕਾਂ ਨੇ ਇੱਕੋ ਹੀ ਗੱਲ ਅਸੀਂ ਕਹਿੰਦੇ, ਮੇਰਾ ਮੈਂ ਲੋਕਾਂ ਨੂੰ ਬਹੁਤ ਕਿਹਾ, ਮੈਂ ਮੋਟੀਵੇਸ਼ਨ ਬਹੁਤ ਕਰਦਾ ਜਿਹੜਾ ਬੰਦਾ, ਕਿਉਂਕਿ ਸਭ ਤੋਂ ਵਧੀਆ ਸਕਰੀਨ ਪਲੇਅ ਰੱਬ ਦਾ ਵਾ। ਅਗਲਾ ਸੀਨ ਤੁਸੀਂ ਨਹੀਂ ਜਾਣਦੇ ਤੁਹਾਡੀ ਜ਼ਿੰਦਗੀ 'ਚ ਕੀ ਹੋਣ ਵਾਲਾ। ਅੱਜ ਤੱਕ ਕੋਈ ਵੀ ਇੱਦਾਂ ਦਾ ਸਕਰੀਨ ਪਲੇਅ ਰਾਈਟਰ ਨਹੀਂ ਬਣਿਆ ਜਿਹੜਾ ਇਹ ਚੀਜ਼ ਬੁੱਝ ਜੇ, ਸਭ ਤੋਂ ਘੈਂਟ ਸਕਰੀਨ ਪਲੇਅ ਰਾਈਟਰ ਰੱਬ ਆ। ਸੋ ਬਾਈ ਕੁਲਚੇ ਛੋਲੇ ਦੀ ਗੱਲ ਬਾਤ ਕਰਨਾ ਚਾਹੁੰਦੇ ਹਾਂ ਵੀ ਜਿਵੇਂ ਆਮ ਇਨਸਾਨ ਦੀ ਕਹਾਣੀਆਂ ਤੁਸੀਂ ਦੱਸਿਆ, ਸੋ ਪੰਜਾਬ ਦੇ ਨੌਜਵਾਨਾਂ ਨਾਲ ਕਿੰਨੀ ਰਿਲੇਟ ਕਰੂਗੀ ਇਹ ਸਟੋਰੀ? ਵੈਸੇ ਤਾਂ ਤੁਸੀਂ ਪੰਜਾਬ ਦੀ ਸਟੋਰੀ ਬਣਾਈ ਹੈ ਸਾਡੇ, ਪਰ ਮੈਂ ਜਾਣਨਾ ਚਾਹੁੰਦਾ ਵੀ ਰਿਐਲਿਟੀ ਦੇ ਕਿੰਨੇ ਕੁ ਨੇੜੇ ਰਹੂਗੀ ਇਹ? ਇਹ 100% ਹੀ ਰਿਐਲਿਟੀ ਦੇ ਨੇੜੇ ਆ। ਇਹ ਉਹ ਬੰਦੇ ਦੀ ਕਹਾਣੀ ਹੈ ਜਿਹੜਾ ਪੜ੍ਹਿਆ ਲਿਖਿਆ ਤਾਂ ਹੈਗਾ ਵਾ, ਪੜ੍ਹੇ ਲਿਖਣ ਤੋਂ ਬਾਅਦ ਤੁਹਾਡੇ ਕੋਲ ਕੀ ਹੁੰਦਾ? ਡਿਗਰੀ। ਤੁਸੀਂ ਲੱਖਾਂ ਰੁਪਈਏ ਪੜ੍ਹਾਈ 'ਤੇ ਖਰਚ ਕਰਦੇ ਹੋ, ਹੱਥ 'ਚ ਡਿਗਰੀ ਲੈ ਕੇ ਫਿਰ ਤੁਹਾਨੂੰ ਕਤਾਰ 'ਚ ਲੱਗਣਾ ਪੈਂਦਾ ਵਾ, ਤੁਹਾਨੂੰ ਰਿਜ਼ਿਊਮ ਦੇਣੇ ਪੈਂਦੇ ਆ ਨੌਕਰੀ ਕਰਨ ਲਈ। ਜਦੋਂ ਤੁਹਾਨੂੰ ਉਹ ਵੀ ਨੌਕਰੀ ਨਹੀਂ ਮਿਲਦੀ, ਮੰਨ ਲਓ ਤੁਸੀਂ ਰਾਹ 'ਚ ਆਉਂਦੇ ਹੋ ਵੀ ਬਾਹਰ ਜਾ ਕੇ ਕੰਮ ਕਰ ਲੂੰਗਾ, ਪੈਸੇ ਲਾ ਕੇ, ਜਦੋਂ ਤੁਹਾਡੇ ਕੋਲ ਉਹ ਵੀ ਪੈਸੇ ਨਹੀਂ ਹੁੰਦੇ, ਤਾਂ ਉਦੋਂ ਤੁਹਾਡੇ ਜਿਹੜਾ ਅੰਦਰ ਰੱਬ ਨੇ ਹੁਨਰ ਦਿੱਤਾ ਵਾ, ਬਹੁਤ ਸਾਰੇ ਲੋਕਾਂ ਨੇ ਆਪਣੀ ਪੜ੍ਹਾਈ ਵਾਲੀਆਂ ਡਿਗਰੀਆਂ ਸਾਈਡ 'ਤੇ ਰੱਖ ਕੇ ਉਹ ਹੁਨਰ ਦਾ ਇਸਤੇਮਾਲ ਕੀਤਾ ਵਾ, ਅਤੇ ਜਦੋਂ ਹੁਨਰ ਦਾ ਇਸਤੇਮਾਲ ਕੀਤਾ ਵਾ ਉਦੋਂ ਸਕਸੈਸ ਹੋ ਗਏ ਨੇ। ਅਤੇ ਇਹ ਇੱਦਾਂ ਦੇ ਹੀ ਇੱਕ ਮੁੰਡੇ ਦੀ ਕਹਾਣੀ ਆ ਜਿਹਨੇ ਆਪਣਾ ਮਤਲਬ ਨਿਰਾਸ਼ ਨਹੀਂ ਹੋਇਆ ਨਾ ਪੰਜਾਬ ਛੱਡਿਆ, ਉਹਨੇ ਆਪਣੇ ਹੁਨਰ ਦਾ ਇਸਤੇਮਾਲ ਕੀਤਾ। ਅਤੇ ਬਹੁਤ ਸੋਹਣਾ ਮੈਸੇਜ ਆ ਵੀਰੇ ਫਿਲਮ 'ਚ ਕਿ ਲਾਈਕ ਆਪਾਂ ਕੀ ਕਰਦੇ ਹਾਂ ਵੀ ਹਰੇਕ ਬੰਦਾ, ਚਲੋ ਬਾਹਰ ਆਪਦੀ ਰੋਜ਼ੀ ਰੋਟੀ ਲਈ ਹਰੇਕ ਬੰਦਾ ਜਾਂਦਾ ਹੈ ਨਾ, ਕਿਸੇ ਦੀ ਖੁਆਇਸ਼ ਆ ਕੋਈ ਰੋਜ਼ੀ ਰੋਟੀ ਲਈ ਜਾਂਦਾ, ਐਂਡ ਆਪਣੇ ਵੀਰਾਂ ਨੇ ਜਾ ਕੇ ਉੱਥੇ ਤਰੱਕੀਆਂ ਵੀ ਬਹੁਤ ਕੀਤੀਆਂ, ਪਰ ਇਹ ਫਿਲਮ 'ਚ ਇੱਕ ਬੜਾ ਅੱਛਾ ਮੈਸੇਜ ਆ ਵੀ ਜੇ ਤੁਸੀਂ ਬਾਹਰ ਨਹੀਂ ਵੀ ਜਾਣਾ ਤੁਸੀਂ ਇੱਥੇ ਰਹਿ ਕੇ ਵੀ ਕਾਮਯਾਬ ਹੋ ਸਕਦੇ। ਸੋ ਬਾਈ ਜਿਵੇਂ ਅਸੀਂ ਤੁਹਾਨੂੰ ਵੇਖਦੇ ਹੁੰਦੇ ਹਾਂ ਨਾ, ਤੁਸੀਂ ਹਮੇਸ਼ਾ ਹੱਸਦੇ ਵੀ ਰਹਿੰਦੇ ਹੋ ਔਰ ਹਸਾਉਂਦੇ ਵੀ ਰਹਿੰਦੇ ਹੋ ਨਾ। ਬਿਲਕੁਲ। ਸੋ ਮੈਂ ਜਿੰਨਾ ਕੁ ਆਰਟਿਸਟਾਂ ਦੇ ਨਾਲ ਮਤਲਬ ਰਿਹਾ ਆ ਜਾਂ ਮੈਂ ਜੋ ਐਕਸਪੀਰੀਅੰਸ ਲਿਆ ਆ, ਆਰਟਿਸਟ ਬੰਦਾ ਅੰਦਰ ਉਹ ਬਹੁਤ ਇਮੋਸ਼ਨਲ ਹੁੰਦਾ ਆ। ਬਿਲਕੁਲ। ਸੋ ਦੀਦਾਰ ਬਾਈ ਕਿੰਨਾ ਕੁ ਇਮੋਸ਼ਨਲ ਔਰ ਖੁਦ ਨਾਲ ਕਿੰਨੀਆਂ ਗੱਲਾਂ ਕਰਦੇ ਹੋ ਮੈਂ ਜਾਣਨਾ ਚਾਹੁੰਦਾ। ਮੈਂ ਖੁਦ ਨਾਲ ਬਹੁਤ ਗੱਲਾਂ ਕਰਦਾ ਵੀਰੇ, ਔਰ ਮੈਂ ਜਦੋਂ ਮੈਂ ਆਸਤਿਕ ਬੰਦਾ ਆ, ਗੁਰੂ ਘਰ ਮੈਂ ਜਾਂਦਾ ਤਕਰੀਬਨ ਹੀ, ਅਤੇ ਮੈਂ ਪਰਮਾਤਮਾ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ। ਕਈ ਵਾਰ ਜੇ ਮੈਨੂੰ ਕਿਸੇ 'ਤੇ ਕੋਈ ਸ਼ਿਕਵਾ ਹੋਵੇ ਜਾਂ ਕੋਈ ਗੱਲਬਾਤ ਹੋਵੇ ਤਾਂ ਮੈਂ ਉਹ ਰੱਬ ਨਾਲ ਸ਼ੇਅਰ ਕਰਦਾ ਕਿ ਕਿਸੇ ਨਾਲ ਜ਼ਾਹਿਰ ਕਰਨ ਦੀ ਬਜਾਏ, ਜਾਂ ਬਾਈ 'ਤੇ ਮੈਨੂੰ ਕੋਈ ਸ਼ਿਕਵਾ ਹੈ ਤਾਂ ਮੈਂ ਤੁਹਾਡੇ ਨਾਲ ਕਰਾਂ, ਉਹ ਮੇਰੀ ਨੇਚਰ ਨਹੀਂ ਹੈਗੀ, ਉਹ ਮੈਂ ਜਾਂ ਤਾਂ ਪਰਮਾਤਮਾ ਨਾਲ ਕਰ ਸਕਦਾ ਅਤੇ ਜਾਂ ਡਾਇਰੈਕਟ ਉਹਦੇ ਨਾਲ ਹੀ ਕਰੂੰਗਾ। ਅਤੇ ਮੈਂ ਗੱਲ ਜੇ ਮੈਨੂੰ ਕਿਸੇ ਤੋਂ ਕੋਈ ਪ੍ਰੋਬਲਮ ਮੈਂ ਕਲੀਅਰ ਕਰ ਲੈਂਦਾ ਹਾਂ ਵੀ ਮੈਂ ਉਹਨੂੰ ਨਾ ਵੀ ਜੇ ਮੇਰੇ ਤੋਂ ਤੈਨੂੰ ਕੋਈ ਭਰਾਵਾ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਦੇ, ਤਾਂ ਨਹੀਂ ਤਾਂ ਮੈਨੂੰ ਤੇਰੇ ਤੋਂ ਆਹ ਪ੍ਰੋਬਲਮ ਹੈ ਵੀ ਆਪਾਂ ਇਹਨੂੰ ਸਮੇਟ ਲਈਏ, ਚੰਗੀ ਗੱਲ ਵੀ ਅੱਗੇ ਤੋਂ ਨਾ ਹੋਵੇ। ਸੋ ਤਾਂ ਕਰਕੇ ਮਤਲਬ ਕਰਦਾ ਆਪਣੇ ਆਪਣਾ ਵੀ ਗੱਲਾਂ ਕਰਦਾ ਉਹਦੇ ਨਾਲ ਕਰਦਾ। ਜਿਹੜਾ ਇਮੋਸ਼ਨਲ ਦਾ ਤੁਸੀਂ ਸਵਾਲ ਕੀਤਾ, ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਜਿਹੜੀ ਆਰਟਿਸਟ ਲਾਈਨ ਹੈ ਨਾ ਸਾਰੀ ਬੜੀ ਇਮੋਸ਼ਨਲ ਹੁੰਦੀ ਹੈ, ਐਂਡ ਜਿਹੜਾ ਕਮੇਡੀਅਨ ਬੰਦਾ ਹੁੰਦਾ ਨਾ ਬਾਈ, ਇਹ ਤਾਂ ਕਿਸੇ ਦਿਨ ਸਪੈਸ਼ਲੀ ਬਾਅਦ 'ਚ ਇੰਟਰਵਿਊ ਕਰਾਂਗੇ, ਲਾਈਕ ਅੱਜ ਨਹੀਂ ਆਪਾਂ ਇਹ ਟੋਪਿਕ ਛੇੜਦੇ, ਬਟ ਤੁਸੀਂ ਜਿੰਨੇ ਕੁ ਕਮੇਡੀਅਨ ਫੇਮਸ ਨੇ, ਮੈਂ ਤਾਂ ਕਿਸੇ ਫੇਮਸ ਦਾ ਹਿੱਸਾ ਹੀ ਨਹੀਂ ਗਾ, ਮੈਂ ਉਹਨਾਂ 'ਚ ਨਹੀਂ, ਮੈਂ ਕੋਈ ਆਪਣੀ ਗਿਣਤੀ ਕਰ ਰਿਹਾ, ਬਟ ਤੁਸੀਂ ਉਹਨਾਂ ਦਾ ਬੈਕਗਰਾਊਂਡ ਜਾ ਕੇ ਵੇਖਿਓ ਵੀ ਉਹਨਾਂ ਦੇ ਕਿੱਦਾਂ ਬਹੁਤ ਜ਼ਿਆਦਾ ਸੰਤਾਪ ਹੰਢਾਏ ਹੋਏ ਨੇ, ਐਂਡ ਬਹੁਤ ਇਮੋਸ਼ਨਲ ਨੇ, ਚਾਹੇ ਉਹ ਬਹੁਤ ਵੱਡੇ ਮੁਕਾਮਾਂ 'ਤੇ ਪਹੁੰਚ ਗਏ ਆ। ਹਰੇਕ ਬੰਦਾ ਪਤਾ ਨਹੀਂ ਕੁਦਰਤੀ ਗੱਲ ਆ, ਬਾਲੀਵੁੱਡ ਤੋਂ ਲੈ ਕੇ ਲੈ ਲਓ, ਹਾਲੀਵੁੱਡ ਤੋਂ ਲੈ ਕੇ ਲੈ ਲਓ,
ਤੇ ਮਤਲਬ ਇਹ ਪਤਾ ਨਹੀਂ ਕਿਉਂ ਕਿ ਕਮੇਡੀਅਨ ਬੰਦੇ ਦੇ ਨਾਲ ਨਾਲ ਜਿਹੜਾ ਇੱਕ ਪਾਰਟ ਚੱਲਦਾ ਵੇਖੋ ਆਪਾਂ ਕੋਸ਼ਿਸ਼ ਕਰਦੇ ਹਾਂ ਹਰੇਕ ਬੰਦੇ ਨੂੰ ਖੁਸ਼ ਰੱਖਣ ਦੀ ਪਰ ਇਹ ਜਿਹੜੀ ਆਡੀਅੰਸ ਹੈ ਉਹ ਸਾਰੀ ਦੀ ਇੱਕੋ ਜਿੰਨੀ ਨਾ ਰਹਿ ਹੋ ਸਕਦੀ ਕੋਈ 2-4-10% ਉਹ ਵੀ ਹੁੰਦੇ ਜਿਹੜੇ ਤੁਹਾਨੂੰ ਡੀਮੋਟੀਵੇਟ ਕਰਦੇ ਆ ਹਰੇਕ ਮੋੜ 'ਤੇ ਸੋ ਤਾਂ ਕਰਕੇ ਸਾਨੂੰ ਜ਼ਿਆਦਿਆਂ ਦੇ ਨਾਲ ਚੱਲਣਾ ਚਾਹੀਦਾ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਤੁਹਾਨੂੰ ਉਹਨਾਂ ਦੀ ਸੁਣਨੀ ਚਾਹੀਦੀ ਆ ਅਤੇ ਤਾਂ ਕਰਕੇ ਇਹ ਚੀਜ਼ਾਂ ਬਹੁਤ ਸਾਰੀਆਂ ਹੁੰਦੀਆਂ ਜ਼ਿੰਦਗੀ 'ਚ ਔਰ ਹਰੇਕ ਇਨਸਾਨ ਹੁੰਦੀਆਂ ਮੇਰੀ ਜ਼ਿੰਦਗੀ 'ਚ ਵੀ ਨੇ ਆਪਾਂ ਕਿਸੇ ਦਿਨ ਪ੍ਰੋਪਰ ਇੰਟਰਵਿਊ ਕਰਾਂਗੇ ਅਤੇ ਖਾਨ ਸਾਹਿਬ ਅਤੇ ਭਾਅ ਜੀ ਜਿਵੇਂ ਅੱਜ ਕੱਲ੍ਹ ਨਾ ਉਹ ਚੱਲਦਾ ਬਹੁਤ ਜ਼ਿਆਦਾ ਇੰਸਟਾ 'ਤੇ ਕੋਲੈਬਰੇਸ਼ਨ ਦਾ ਹੈ ਨਾ ਸੋ ਜਦੋਂ ਸੈੱਟ 'ਤੇ ਜੰਨਤ ਜੁਬੇਰ ਜੀ ਆਏ ਤੁਸੀਂ ਮਤਲਬ ਕੋਈ ਪਲਾਨ ਕੀਤਾ ਇੱਦਾਂ ਦਾ ਵੀ ਕੁਛ ਬਣਾਇਆ ਜਾਵੇ ਅਤੇ ਨਾਲ ਇੰਸਟਾਗ੍ਰਾਮ ਲਈ ਕੋਈ ਰੀਲ ਕੋਲੈਬ ਕੀਤੀ ਜਾਵੇ ਹਾਂ ਬਹੁਤ ਸਾਰੀਆਂ ਚੀਜ਼ਾਂ ਸ਼ੂਟ ਕਰਕੇ ਰੱਖੀਆਂ ਹੋਈਆਂ ਜਿੱਦਾਂ ਜਿੱਦਾਂ ਪ੍ਰਮੋਸ਼ਨ ਨੇੜੇ ਆਉਂਦੀ ਜਾਊਗੀ ਐਂਡ ਸਾਰੇ ਮੈਂ ਹੁੰਦਲ ਸਾਹਿਬ ਮੈਂ ਤਾਂ ਔਲਰੇਡੀ ਕੋਲੈਬ ਕਰਦੇ ਰਹਿੰਦੇ ਹਾਂ ਐਂਡ ਬਾਕੀ ਆਰਟਿਸਟਾਂ ਨਾਲ ਦਿਲਰਾਜ ਵੀ ਰਹਿਣਾ ਜੰਨਤ ਜੀ ਨਾਲ ਜਾਂ ਸਾਗਾ ਦੇ ਨਾਲ ਇਹ ਸਾਰੀਆਂ ਹੁਣ ਤੁਹਾਨੂੰ ਨਜ਼ਰ ਆਈ ਜਾਣਗੀਆਂ ਰਾਈਟ ਸਰ ਭਾਜੀ ਮੈਂ ਨਾ ਐਕਚੁਅਲੀ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਜਿਹੜਾ ਤੁਹਾਡਾ ਗਾਣਾ ਰਿਲੀਜ਼ ਕੀਤਾ ਨਾ ਤੁਸੀਂ ਮਤਲਬ ਦਿਲਰਾਜ ਵੀਰੇ ਨਾਲ ਮੈਂ ਸੁਣ ਰਿਹਾ ਸੀ ਉਹ ਮੇਰੇ ਹੁਣ ਵੀ ਕੰਨਾਂ 'ਚ ਵੱਜੀ ਜਾ ਰਿਹਾ ਹੈ ਨਾ ਸੋ ਬਹੁਤ ਖੂਬਸੂਰਤ ਗਾਣਾ ਆ ਔਰ ਇਸ ਤੋਂ ਅਸੀਂ ਉਮੀਦ ਲਗਾ ਸਕਦੇ ਹਾਂ ਕਿ ਤੁਹਾਡੀ ਫਿਲਮ ਵੀ ਬਹੁਤ ਖੂਬਸੂਰਤ ਹੋਣ ਵਾਲੀ ਆ ਸੋ ਮੈਂ ਜਾਣਨਾ ਚਾਹੁੰਦਾ ਵੀ ਦਿਲਰਾਜ ਗਰਿਆਲ ਬਾਈ ਨੂੰ ਅਸੀਂ ਦੇਖਿਆ ਕਿ ਬਹੁਤ ਕਮਾਲ ਦੇ ਗਾਇਕ ਨੇ ਉਹ ਸੋ ਅਦਾਕਾਰੀ ਬਾਰੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਆ ਉਹ ਤੁਸੀਂ ਜੈਨੂਇਨਲੀ ਦੱਸਣਾ ਆ ਮਤਲਬ ਉਹਨੇ ਆਪਣੀ ਜਿਹੜੀ ਕੋਸ਼ਿਸ਼ ਆ ਨਾ ਜਿਹੜੀ ਮਤਲਬ ਇੱਕ ਹੁੰਦਾ ਅਟੈਂਪਟ ਕਰਨਾ ਜਿਹਨੇ ਕੋਸ਼ਿਸ਼ ਹੈ ਬਹੁਤ ਇਮਾਨਦਾਰੀ ਨਾਲ ਕੀਤੀ ਹੈ ਔਰ ਪਰਦੇ 'ਤੇ ਵੀ ਦਿਖੂਗੀ ਕਿ ਉਹਦੀ ਜਿਹੜੀ ਇਮਾਨਦਾਰੀ ਉਹ ਪਰਦੇ 'ਤੇ ਦਿਖੂਗੀ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਸੀ ਪਹਿਲੇ ਦਿਨ ਮੈਂ ਕਿਹਾ ਤੇਰੀ ਬੇਈਮਾਨੀ ਤੇਰੀ ਇਮਾਨਦਾਰੀ ਉਹ ਪਰਦੇ 'ਤੇ ਦਿਖਣੀ ਹੈ ਹੁਣ ਤੂੰ ਕੀ ਕਰਨਾ ਉਹ ਦੇਖ ਲਾ ਖੂਬ ਜੀ ਸੋ ਬਾਈ ਅਖੀਰ ਦੇ ਵਿੱਚ ਹੁਣ ਹੈ ਨਾ ਕੁਲਚੇ ਛੋਲੇ ਫਿਲਮ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਸਾਰੀਆਂ ਗੱਲਾਂ ਸ਼ਾਇਦ ਜਿਹੜੀਆਂ ਮੈਨੂੰ ਪੁੱਛਣੀ ਨਾ ਆਈਆਂ ਹੁਣ ਔਰ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਮੈਂ ਇੱਕੋ ਗੱਲ ਕਹੂੰਗਾ ਕਿ ਮਤਲਬ ਜਿਹੜੇ ਦਰਸ਼ਕ ਹੁੰਦੇ ਆ ਉਹ ਆਮ ਤੋਂ ਖਾਸ ਬਣਾ ਦਿੰਦੇ ਆ ਠੀਕ ਹੈ ਅਤੇ ਅਸੀਂ ਆਮ ਬੰਦੇ ਦੀ ਜ਼ਿੰਦਗੀ 'ਤੇ ਇੱਕ ਫਿਲਮ ਬਣਾਈ ਆ ਆਮ ਬੰਦੇ ਦੀ ਸਟਰਗਲ 'ਤੇ ਆਮ ਬੰਦੇ ਦੇ ਹਾਸੇ ਠੱਡੇ ਇਮੋਸ਼ਨ ਡਰਾਮਾ ਸਭ ਕੁਝ ਆਮ ਬੰਦੇ ਦੀ ਜ਼ਿੰਦਗੀ ਜੋ ਵਾਪਰਦਾ ਉਹ ਅਸੀਂ ਬਣਾਇਆ ਵਾ ਤੁਸੀਂ ਸਾਡੀ ਫਿਲਮ ਦੇਖਣੀ ਆ 11 ਨਵੰਬਰ ਨੂੰ ਲੱਗ ਰਹੀ ਹੈ ਤਾਂ ਤੁਸੀਂ ਸਾਡੀ ਮਿਹਨਤ ਨੂੰ ਖਾਸ ਬਣਾ ਸਕਦੇ ਹੋ ਰਾਈਟ ਸੋ ਹੁਣ ਜਾਂਦੇ ਜਾਂਦੇ ਮੈਂ ਇੱਕ ਚੀਜ਼ ਮੇਰੇ ਹੋਰ ਯਾਦ ਆ ਗਈ ਮੈਂ ਪੁੱਛਣਾ ਚਾਹੁੰਦਾ ਵੀ ਜੰਨਤ ਜੁਬੇਰ ਆਪਾਂ ਜਾਣਦੇ ਹਾਂ ਕਿ ਮਤਲਬ ਸੋਸ਼ਲ ਮੀਡੀਆ 'ਤੇ ਛਾਏ ਪਏ ਨੇ ਹੈ ਨਾ ਜੀ ਉਹ ਸੋ ਤੁਸੀਂ ਉਹਨਾਂ ਨਾਲ ਫਿਲਮ ਕੀਤੀ ਆ ਪਹਿਲੀ ਵਾਰ ਉਹਨਾਂ ਨੇ ਪੰਜਾਬੀ ਫਿਲਮ ਕੀਤੀ ਆ ਸੋ ਉਹ ਐਕਸਪੀਰੀਅੰਸ ਤੁਹਾਡਾ ਕਿਵੇਂ ਦਾ ਰਿਹਾ ਆਮ ਤੌਰ 'ਤੇ ਜਦੋਂ ਕੋਈ ਬਾਹਰ ਤੋਂ ਆਰਟਿਸਟ ਆਵੇ ਉੱਤੇ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਆ ਸੋ ਇਸ ਤਰ੍ਹਾਂ ਦੇ ਮੁਸ਼ਕਲ ਤੁਹਾਨੂੰ ਮਤਲਬ ਆਈ ਇਸ ਦੇ ਵਿੱਚ ਦੇਖੋ ਉਹਨੇ ਮਿਹਨਤ ਜਿਹੜੀ ਆ ਨਾ ਜਿੱਦਾਂ ਦਰਾਜ ਨੇ ਕੀਤੀ ਉਹਨੇ ਵੀ 1 ਮਹੀਨਾ ਪਹਿਲਾਂ ਕੀਤੀ ਫਿਲਮ 'ਤੇ ਤਾਂ ਮੇਰੇ ਵਾਸਤੇ ਮਤਲਬ ਓਨੈਸਟਲੀ ਪਤਾ ਨਹੀਂ ਰੱਬ ਵੱਲੋਂ ਹੀ ਗੱਲ ਹੈ ਵੀ ਉਹਦੇ ਇੰਨੇ ਫੈਨ ਆ ਜਾਂ ਫੋਲੋਅਰ ਆ ਮੇਰੇ ਉਹ ਚੀਜ਼ਾਂ ਮੈਂ ਦਿਮਾਗ 'ਚ ਰੱਖ ਕੇ ਨਹੀਂ ਕੰਮ ਕੀਤਾ ਨਾ ਮੈਂ ਉਹਦੇ ਕੋਲ ਕਰਾਇਆ ਵਾ ਨਾ ਉਹਨੇ ਹੀ ਕੀਤਾ ਮਤਲਬ ਉਹਨੇ ਵੀ ਇਮਾਨਦਾਰੀ ਨਾਲ ਕੰਮ ਕੀਤਾ ਵਾ ਔਰ ਉਹ ਫਿਲਮ 'ਚ ਬਹੁਤ ਅੱਛਾ ਦੇਖਣ ਵਾਲਾ ਰਾਈਟ ਸੋ ਬਾਈ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜੱਟ ਬੋਇਜ਼ ਬਹੁਤ ਸਾਨੂੰ ਪਸੰਦ ਆ ਫਿਲਮ ਔਰ ਅਸੀਂ ਬਹੁਤ ਵਾਰ ਦੇਖੀ ਆ ਔਰ ਬਹੁਤ ਸਾਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਇਹ ਫਿਲਮ ਵੀ ਹਿੱਟ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਟਰੂ ਆਰਟਿਸਟ ਨੇ ਤੁਹਾਡੇ ਹੈ ਨਾ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਆਮ ਆਦਮੀ ਦੀ ਕਹਾਣੀ ਆ ਇੱਕ ਸਾਰੀ ਉਹ ਆਰਟਿਸਟ ਨੇ ਇਹਦੇ ਵਿੱਚ ਜੋ ਉਹਨਾਂ ਜ਼ਿੰਦਗੀਆਂ ਦੇ ਵਿੱਚੋਂ ਨਿਕਲ ਗਏ ਨੇ ਚਾਹੇ ਦੀਦਾਰ ਬਾਈ ਦੀ ਗੱਲ ਕਰਾਂ ਚਾਹੇ ਜਸਵੰਤ ਬਾਈ ਦੀ ਗੱਲ ਕਰਾਂ ਔਰ ਚਾਹੇ ਤੁਸੀਂ ਖੁਦ ਵੀ ਸੋ ਇਹ ਚੀਜ਼ ਫਿਲਮ ਦੇਖਣ ਲਈ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਔਰ ਮੁਲਾਕਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਤਾਂ ਜ਼ਰੂਰ ਬਿਲਕੁਲ ਬਿਲਕੁਲ ਮੈਂ ਇਹੀ ਕਹੂੰਗਾ ਕਿ ਇਹਦੇ 'ਚ ਜਿਹੜੇ ਜਿੱਦਾਂ ਦੀਦਾਰ ਬਾਈ ਆ ਬਹੁਤ ਮਿਹਨਤ ਕਰ ਰਹੇ ਆਪਣੀ ਲਾਈਫ 'ਚ ਜਸਵੰਤ ਬਾਈ ਸਾਰੇ ਇਹਦੇ 'ਚ ਨਾ ਮਤਲਬ ਆਪਣੀ ਜ਼ਿੰਦਗੀ ਨਾਲ ਜੂਝ ਕੇ ਜਨੂਨ ਦੇ ਨਾਲ ਅੱਗੇ ਆਉਣਾ ਚਾਹੁੰਦੇ ਆ ਅਤੇ ਮਤਲਬ ਮੈਂ ਵੀ ਇਮਾਨਦਾਰੀ ਵਾਲੀ ਕੋਸ਼ਿਸ਼ ਕੀਤੀ ਆ ਪ੍ਰੋਡਿਊਸਰ ਸਾਹਿਬ ਜਿਹਨਾਂ ਸਾਗਾ ਸਟੂਡੀਓ ਉਹਨਾਂ ਨੇ ਇਮਾਨਦਾਰੀ ਨਾਲ ਇਹਨਾਂ ਸਾਰੇ ਬੰਦਿਆਂ ਨੂੰ ਫਿਲਮ ਦੇ ਵਿੱਚ ਲਿਆ ਵਾ ਔਰ ਜੋ ਵੀ ਅੱਛੀ ਰਿਸਪੈਕਟ ਦਿੱਤੀ ਆ ਅੱਛੀ ਮਤਲਬ ਅਮਾਊਂਟ ਵੀ ਦਿੱਤੀ ਆ ਔਰ ਇਹ ਬੰਦੇ ਜੇ ਅੱਗੇ ਮਿਹਨਤ ਕਰਨ ਵਾਲੇ ਅੱਗੇ ਜਾਣਗੇ ਤਾਂ ਸਿਨੇਮਾ ਆਪਣਾ ਪ੍ਰਫੁੱਲਿਤ ਹੋਏਗਾ ਫਿਲਮ ਜ਼ਰੂਰ ਥੈਂਕ ਯੂ ਸੋ ਮਚ ਬਾਈ ਸੋ ਦੀਦਾਰ ਬਾਈ ਤੁਹਾਡਾ ਵੀ ਕੰਮ ਸਾਨੂੰ ਬਹੁਤ ਜ਼ਿਆਦਾ ਪਸੰਦ ਆ ਔਰ ਅਸੀਂ ਉਮੀਦ ਕਰਦੇ ਹਾਂ ਔਰ ਅਸੀਂ ਅਰਦਾਸ ਵੀ ਕਰਦੇ ਹਾਂ ਵੀ ਤੁਹਾਡਾ ਕੰਮ ਲੋਕਾਂ ਤੱਕ ਪਹੁੰਚੇ ਔਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਕਰੋ ਥੈਂਕ ਯੂ ਵੀਰੇ ਥੈਂਕ ਯੂ ਐਂਡ 11 ਨਵੰਬਰ ਨੂੰ ਸਾਡੀ ਕੁਲਚੇ ਛੋਲੇ ਫਿਲਮ ਰਿਲੀਜ਼ ਹੋ ਜਾਣੀ ਹੈ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਵੇਖਣ ਜਾਇਓ ਬਹੁਤ ਸੋਹਣੀ ਕੌਮਿਕ ਐਂਡ ਕੌਮਿਕ ਲਵ ਸਟੋਰੀ ਐਂਡ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ 11 ਨਵੰਬਰ ਨੂੰ ਜ਼ਰੂਰ ਜਾਇਓ ਥੈਂਕ ਯੂ ਸੋ ਮਚ ਬਾਈ ਸੋ ਡਾਇਰੈਕਟਰ ਸਾਹਿਬ ਔਰ ਦੀਦਾਰ ਬਾਈ ਸਾਡੇ ਨਾਲ ਮੌਜੂਦ ਸੀਗੇ ਜੀ ਮੁਲਾਕਾਤ ਕਿਵੇਂ ਦੀ ਲੱਗੀ ਆ ਇਹ ਵੀ ਦੱਸਣਾ ਔਰ 11 ਨਵੰਬਰ ਨੂੰ ਫਿਲਮ ਵੀ ਤੁਸੀਂ ਜ਼ਰੂਰ ਵੇਖ ਕੇ ਆਉਣਾ ਔਰ ਫੇਮਸ ਪੰਜਾਬ ਟੀਵੀ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ ਥੈਂਕ ਯੂ ਸੋ ਮਚ